ਸਫਾਰੀ ਤੇਰੀ ਰਿਹਾ ਕਦੋਂ ਮੈਂ ਨੀ ਬਣਦਾ ਮੈਂ ਨੀ ਬਣਦਾ ਹੁਣ ਰਾਂਝੇ ਦਾ ਚੇਲਾ ਨੀ ਤੇਰੀ ਖਾਤਰ ਜੱਟ ਤੇਰੀ ਖਾਤਰ ਸੁਣ 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 ਚਾਹੀਦੇ ਸੱਜਣਾ ਤੂੰ ਨੀ ਇੰਨੇ ਕਰਜੇ ਲਾਹੀਦੇ ਮਿੱਤਰਾਂ ਤੂੰ ਨੀ ਇੰਨੇ ਕਰਜੇ ਲਾਹੀਦੇ ਤੈਨੂੰ ਕਿੱਥੋਂ ਰੋਜ਼ ਬਖਾ ਦਿਆ ਤੈਨੂੰ ਕਿੱਥੋਂ ਰੋਜ਼ ਬਖਾ ਦਿਆ ਤੈਨੂੰ ਕਿੱਥੋਂ ਰੋਜ਼ ਬਖਾ ਦਿਆ ਤੇਰੀ ਖਾਤਰ ਅੱਜ ਅਸੀਂ ਪਰੋਵਾ ਪਿੰਡ ਦੇ ਵਿੱਚ ਸੱਭਿਆਚਾਰਕ ਤੇ ਖੇਡ ਮੇਲਾ ਇੱਥੇ ਮੇਲੇ ਦੇ ਵਿੱਚ ਸਾਡੇ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਬੈਲ ਸਾਹਿਬ ਰਮਨ ਬੈਲ ਜੀ ਨੇ ਸੱਦਾ ਦਿੱਤਾ ਸੀਗਾ ਉਹਨਾਂ ਦੇ ਸੱਦੇ ਤੇ ਪਿੰਡ ਤੇ ਬਹੁਤ ਵਧੀਆ ਪ੍ਰੋਗਰਾਮ ਹੁੰਦਾ ਉਹਦੇ 'ਚ ਆਏ ਸਾਡੇ ਮਾਨਯੋਗ ਮੁੱਖ ਮੰਤਰੀ ਮਾਨ ਸਾਹਿਬ ਦਾ ਇਹ ਪ੍ਰੋਗਰਾਮ ਹੈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਤੇ ਪੰਜਾਬ ਨੂੰ ਜੇ ਆਪਾਂ ਰੰਗਲਾ ਪੰਜਾਬ ਦੇਖਣਾ ਤੇ ਪੰਜਾਬ ਦੇ ਅੰਦਰ ਖੇਡਾਂ ਸੱਭਿਆਚਾਰਕ ਮੇਲੇ ਉਹ ਬਹੁਤ ਜ਼ਰੂਰੀ ਆ ਸੋ ਮੈਂ ਪਿੰਡ ਵਾਲਿਆਂ ਨੂੰ ਵਧਾਈ ਦੇਣ ਆਇਆ ਸੀ ਕਿ ਉਹਨਾਂ ਨੇ ਇੱਕ ਚੰਗੀ ਪਿਰਤ ਪਾਈ ਆ ਹਰ ਸਾਲ ਮੇਲਾ ਲਾਉਂਦੇ ਆ ਆ ਕੇ ਬੜਾ ਮਨ ਖੁਸ਼ ਹੋਇਆ ਜੇ ਮਹਾਰਾਜ ਸੱਚੇ ਪਾਤਸ਼ਾਹ ਕਰੂ ਤਾਂ ਅਗਲੀ ਵਾਰ ਜੂਦ ਮੇਲੇ ਦੇ ਵਿੱਚ ਆਪਾਂ ਲੱਖ ਰੁਪਏ ਜਿੰਨੀ ਮੰਗੀ ਸੀ ਉਹਨੇ ਦੇਤੀ ਉਹ ਦੱਸੋ ਕੀ ਪਿੰਡਾਂ ਦਾ ਚੰਗਾ ਜਿਹੜਾ ਵਿਕਾਸ ਕਰੇ ਪਿੰਡਾਂ ਪਿੰਡ ਵਿੱਚ ਬਾਬਾ ਗੁੱਜਾ ਪੀਰ ਸਿੰਘ ਮੇਲਾ ਕਰਾਇਆ ਜਾ ਰਿਹਾ ਅੱਜ ਇਸ ਵਿੱਚ ਮੁੱਖ ਮਹਿਮਾਨ ਕੁਲਦੀਪ ਸਿੰਘ ਧਾਲੀਵਾਲ ਸ਼ੈਰੀ ਕਲਸੀ ਰਮਨ ਬਹਿਲ ਜੀ ਚੇਅਰਮੈਨ ਹੈਲਥ ਸਿਸਟਮ ਕਾਰਪੋਰੇਸ਼ਨ ਪੰਜਾਬ ਪਹੁੰਚੇ ਸੀਗੇ ਗੁਰਦਾਸਪੁਰ ਔਰ ਕਪੂਰਥਲਾ ਵਿੱਚ ਕਬੱਡੀ ਮੈਚ ਹੋਣਾ ਜਿਹੜਾ ਜਿੱਤੇਗਾ ਉਹਨੂੰ 65,000 ਰੁਪਇਆ ਜਿਹੜਾ ਹਾਰੇਗਾ ਉਹਨੂੰ 55,000 ਰੁਪਏ ਦਾ ਇਨਾਮ ਦਿੱਤਾ ਜਾਣਾ ਹਾਂਜੀ ਮੇਲੇ ਵਾਸਤੇ 3,00,000 ਦੀ ਗ੍ਰਾਂਟ ਦੇ ਕੇ ਗਏ ਜੀ ਹਾਂਜੀ ਬਹੁਤ ਵਧੀਆ ਜੀ ਬਹੁਤ ਵਧੀਆ ਕਾਫੀ ਗੈਦਰਿੰਗ ਆ 2,000 ਪਲੱਸ ਲੋਕ ਆਏ ਹੋਏ ਆ ਦੇਖੋ ਜਿੱਦਾਂ ਮਹਾਰਾਜ ਕਰੇਗਾ ਜੀ ਜਿਸ ਤਰ੍ਹਾਂ ਦਾ ਹੁਕਮ ਹੋਏਗਾ ਦਾਤੇ ਦਾ ਉਸ ਤਰ੍ਹਾਂ ਕਰਾਂਗੇ ਜੀ ਥੈਂਕ ਯੂ